ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਪੰਜਾਬੀ ਪੈਰਸ ਪੇਜ ਵੱਲੋਂ ਮੈਂ ਦੀਪ ਬਾਜਵਾ ਯਾਰ ਅੱਜ ਨਾ ਇੱਕ ਵੀਡੀਓ ਦੇਖੀ ਸਵੇਰੇ ਉਹ ਵੀਡੀਓ ਦੇਖ ਨਾ ਬਹੁਤ ਮਨ ਖਰਾਬ ਹੋਇਆ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਮੁੰਡੇ ਤੱਕ ਪਹੁੰਚਾ ਦਿਓ ਕਿ ਜਿਹਨੂੰ ਮੁੱਖ ਮੰਤਰੀ ਮੁੰਡੇ ਨੂੰ ਕਹਿੰਦੇ ਵਿਚਾਰੇ ਨੂੰ ਉਹਦੇ ਤੱਕ ਪਹੁੰਚਾ ਦਿਓ ਕਿ ਹਰ ਇੱਕ ਬੰਦਾ ਉਹਦੀ ਸਪੋਰਟ 'ਚ ਹੈ ਕਿਉਂਕਿ ਉਹ ਬੰਦਾ ਵਿਚਾਰੇ ਨਾਲ ਕੋਈ ਮੈਂ ਨਹੀਂ ਮੰਨਦਾ ਕੋਈ ਗਲਤੀ ਕੀਤੀ ਇੰਨੀ ਵੱਡੀ ਬੜਾ ਮਨ ਦੁਖਿਆ ਯਾਰ ਇੱਕ ਬੱਚਾ ਹੈ 14 ਸਾਲ ਦਾ ਚਾਰ ਕੁ ਲੰਡੂ ਬੰਦਿਆਂ ਨਾਲ ਇਕੱਠੇ ਹੋ ਕੇ ਕਗਾਰ ਲਾ ਲਏ ਬੱਚੇ ਦੇ ਠੀਕ ਹੈ ਨਾ ਮੈਂ ਉਹਨਾਂ ਲੰਡੂ ਹੀ ਕਹੂੰਗਾ ਸਿਰਫ ਜਿਹੜੇ 14 ਦੇ ਭੁੱਖੇ ਕਹੂੰਗਾ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਉਹ ਜਿਹੜੀ ਪੰਚਾਇਤ ਹੈ ਪਿੰਡ ਦੀ ਜਿਹਨੇ ਉਹਦੇ ਬੱਚੇ ਦੇ ਕਗਾਰ ਲਵਾਏ ਵੀਰ ਜੀ ਮੁੱਖ ਮੰਤਰੀ ਦੇ ਉਹ ਕਿਆ ਉਹਨਾਂ ਗਲਤ ਕੀਤਾ ਪੰਜਾਬ 'ਚ ਕਿੰਨੀਆਂ ਵੱਡੀਆਂ ਵੱਡੀਆਂ ਬੇਅਦਬੀਆਂ ਹੋਈਆਂ ਉੱਥੇ ਜਗ੍ਹਾ ਦੇ ਵਿੱਚ ਬੋਲਣ ਦੀ ਇਹਨਾਂ 'ਚ ਕਿਸੇ 'ਚ ਹਿੰਮਤ ਨਹੀਂ ਹੈ ਕਿੰਨੇ ਗੰਦੇ ਗਾਣੇ ਗਾਉਂਦੇ ਲੋਕ ਤੁਸੀਂ ਦੇਖੇ ਹੀ ਹੈ ਨੰਗੀਆਂ ਕੁੜੀਆਂ ਤੱਕ ਨਚਾਤੀਆਂ ਅੱਜ ਕੱਲ੍ਹ ਦੇ ਟਾਈਮ 'ਚ ਯੂਟਿਊਬ 'ਚ ਫੇਸਬੁੱਕ ਪੇਜਾਂ 'ਚ ਅਤੇ ਟੀਵੀ ਚੈਨਲਾਂ 'ਚ ਹਰ ਇੱਕ ਬੰਦੇ ਦੇ ਘਰ ਚੱਲਦੇ ਗਾਣੇ ਜਿਹੜੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਸਿੰਗਰਾਂ ਦੇ ਨੰਗੀਆਂ ਕੁੜੀਆਂ ਤੱਕ ਨਚਾਤੀਆਂ ਤੁਸੀਂ ਖੁਦ ਸਮਝਦਾਰ ਹੈ ਉਹ ਵਿਚਾਰਾ ਬੱਚਾ ਇੰਟਰਟੇਨਮੈਂਟ ਕਰਦਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਹਸਾਉਂਦੇ ਹੀ ਹੈ ਕਿਉਂਕਿ ਅਸੀਂ ਵੀ ਕੰਮਾਂ ਕਾਰਾਂ 'ਤੇ ਆਈਦਾ ਪਹਿਲਾਂ ਦੇਖੀਦਾ ਉੱਠ ਕੇ ਮੁੱਖ ਮੰਤਰੀ ਪੇਜ ਖੋਲ੍ਹੋ ਯਾਰ ਉਹ 'ਚ ਦੇਖੋ ਮੁੰਡੇ ਨੇ ਕਿਆ ਵੀਡੀਓ ਪਾਈਆਂ ਅਤੇ ਬਹੁਤ ਜਾਣੀ ਕਿ ਵਧੀਆ ਲੱਗਦਾ ਉਹਦੀ ਕਈ ਵਾਰ ਹਾਸੀ ਦਾ ਵੀ ਬੜਾ ਉੱਠ ਕੇ ਉਹਦੀਆਂ ਵੀਡੀਓ ਦੇਖ ਕੇ ਪਰ ਉਹਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਵਿਚਾਰੇ ਨਾਲ ਉਹ ਮੈਂ ਪੰਚਾਇਤ ਨੂੰ ਕਹਿਣਾ ਚਾਹੁੰਦਾ ਉਹ ਪੰਚਾਇਤ ਸਿਰਫ ਉਸ ਬੰਦੇ ਦੇ ਨਾਲ ਜਲਦੀ ਹੈ ਕਿਉਂਕਿ ਉਹ ਚਾਹੁੰਦੇ ਕਿ ਸਾਡੇ ਬੱਚੇ ਹੀ ਨਾ ਇਹਦੇ ਨਾਲ ਉਹ ਸਾਡੇ ਬੱਚਿਆਂ ਨਾਲ ਨਾਗਾ ਹੋ ਜਾਵੇ ਉਹ ਸਾਡੇ ਕੋਲੀ ਝੱਟ ਹੈ ਸਾਰੀ ਪੰਚਾਇਤ ਮੈਂ ਤਾਂ ਸਿੱਧਾ ਕਹਿੰਦਾ ਜਿਹਨੇ ਕਗਾਰ ਲਵਾਏ ਅਤੇ ਮੇਰੇ ਵੀਰ ਸਾਰੇ ਉਹਦੀ ਸਪੋਰਟ ਕਰੋ ਵੀਡੀਓ ਉਹ ਮੁੰਡੇ ਤੱਕ ਸ਼ੇਅਰ ਕਰਕੇ ਪਹੁੰਚਾ ਦਿਓ ਆਹ ਜਿਹੜੀ ਮੈਂ ਗੱਲ ਕਹਿਣ ਲੱਗਿਆ ਉਹ ਪੰਚਾਇਤ ਨੂੰ ਸ਼ੇਅਰ ਕਹਿ ਰਿਹਾ ਕਿ ਹੋ ਸਕਦਾ 1-2 ਦਿਨ 'ਚ ਆਪਣਾ ਟੋਨੀ ਬਾਈ ਉਸ ਮੁੰਡੇ ਦੇ ਪਿੰਡ ਵੀ ਜਾਊਂਗਾ ਅਤੇ ਪੰਜਾਬੀ ਪੈਰਸ ਪੇਜ ਵੱਲੋਂ ਮੈਂ ਖੁਦ ਕਹਿ ਰਿਹਾ ਉਸ ਮੁੰਡੇ ਦੀ ਫੁੱਲ ਹੀ ਸਪੋਰਟ ਕਰ ਰਹੇ ਅਤੇ ਉਹਦਾ ਗਾਣਾ ਵੀ ਕਢਵਾਉਣਾ ਅਸੀਂ ਸਾਡੇ ਕੋਲ ਨੰਬਰ ਨਹੀਂ ਹੈ ਕੋਈ ਕੰਟੈਕਟ ਨਹੀਂ ਹੈ ਗਾਣਾ ਖੁਦ ਕਢਵਾਉਂਗੇ ਜਿੰਨੇ ਪੈਸੇ ਲੱਗਣੇ ਅਸੀਂ ਪੰਜਾਬੀ ਪੈਰਸ ਪੇਜ ਵਾਲੇ ਲਾਉਂਗੇ ਅਤੇ ਜਿਹੜੀ ਪੰਚਾਇਤ ਨਾਲ ਉਹਦੀ ਨੇ ਰੋਕਣਾ ਹੋਇਆ ਨਾ ਢੂਹੇ ਤੱਕ ਜ਼ੋਰ ਲਾਉਣਾ ਹੋਇਆ ਲਾ ਲਾ ਵਾ ਪੰਚਾਇਤ ਕਿਉਂਕਿ ਯਾਰ ਇੱਕ ਬੱਚੇ ਨਾਲ ਇੰਨਾ ਧੱਕਾ ਕਰਨਾ ਕਗਾਰ ਤੱਕ ਉਹਦੀ ਦਸਤਾਰ ਲਵਾਈ ਮੈਂ ਵੀਡੀਓ 'ਚ ਦੇਖਿਆ ਅਤੇ ਉਹਦੇ ਬਾਅਦ ਕਿਰਪਾਨ ਲਵਾ ਤੀ ਉਹਦੀ ਜਿਹੜੀ ਉਹਨਾਂ ਪਾਈ ਵੀ ਕਗਾਰ ਲਵਾ ਤੇ ਉਹਦੇ ਅਤੇ ਉਹਦਾ ਗਲਤ ਹੈ ਨਾ ਭਾਅ ਜੀ ਸਾਰੇ ਤੁਸੀਂ ਇਸ ਗੱਲ ਨਾਲ ਸਹਿਮਤ ਹੈ ਉਹ ਬੱਚੇ ਦੇ ਮਨ 'ਚ ਕਿਆ ਗੱਲ ਕਿਆ ਬੀਤੀ ਹੋਊਗੀ ਕਿਉਂਕਿ ਇੱਕ 14-15 ਸਾਲ ਦਾ ਬੱਚਾ ਇੱਕ ਸਿੱਖੀ ਦਾ ਬੂਟਾ ਲੱਗਿਆ ਵਾ ਉੱਦਾਂ ਅਸੀਂ ਕੌਮ ਦਾ ਬਹੁਤ ਢੰਡੋਰਾ ਪੁੱਟਦੇ ਅਸੀਂ ਆਹ ਟੋਪੀਆਂ ਲਾਈਆਂ ਵਾ ਸਾਨੂੰ ਨਹੀਂ ਕੋਈ ਕਹਿੰਦਾ ਉੱਦਾਂ ਅਸੀਂ ਬੜਾ ਇੱਕ ਕੌਮ ਦੇ ਠੇਕੇਦਾਰ ਬਣੀ ਫਿਰਦੇ ਸਿੱਧੇ ਹੈ ਜਿੰਨੇ ਸਤਿਕਾਰ ਕਮੇਟੀਆਂ ਵਾਲੇ ਵੀ ਜਿਵੇਂ ਉਹਨਾਂ ਨੂੰ ਵੀ ਕਹਿੰਦਾ ਤੁਸੀਂ ਕੌਮ ਦੇ ਠੇਕੇਦਾਰ ਬਣੇ ਹੁਣ ਜਾਓ ਉਸ ਪੰਚਾਇਤ ਕੋਲ ਕਰੋ ਗੱਲ ਪੰਚਾਇਤ ਨਾਲ ਠੀਕ ਹੈ ਉਹ ਬੱਚਾ ਹੈ ਉਹਨੂੰ ਜੇ ਕੋਈ ਗਲਤੀ ਕੀਤੀ ਉਹਨੂੰ ਸਮਝਾਓ ਬਿਠਾ ਕੇ ਬੱਚਿਆਂ ਵਾਂਗੂ ਸਮਝਾਓ ਉਹਦੇ ਘਰ ਵੀ ਬੱਚੇ ਹੈਗੇ ਉਹਨੂੰ ਬੱਚਿਆਂ ਵਾਂਗੂ ਸਮਝਾਓ ਇੱਦਾਂ ਥੋੜ੍ਹੀ ਨਾ ਹੁੰਦਾ ਕਿ ਵਿਚਾਰੇ ਦੀ ਕਗਾਰ ਲਵਾ ਅਤੇ ਸਤਿਕਾਰ ਕਮੇਟੀ ਵਾਲੇ ਜਿਹੜੇ ਉਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਜਾਣ ਉੱਥਾ ਜਾਣ ਅਤੇ ਉਹ ਬੱਚੇ ਦੀ ਹੈਲਪ ਕਰਨ ਸਾਰੇ ਜਣੇ ਠੀਕ ਹੈ ਨਾ ਜੀ ਅਤੇ ਜਿੰਨੇ ਵੀ ਮੈਂ ਕਹਿੰਦਾ ਉਹਨਾਂ ਪੰਚਾਇਤ ਨੂੰ ਸ਼ਰਮ ਕਹਿਣਾ ਚਾਹੁੰਦਾ ਉਹਦਾ ਜਿਹੜਾ ਗਾਣਾ ਅਸੀਂ ਕਢਵਾਉਂਗੇ ਪੰਜਾਬੀ ਪੈਰਸ ਵੱਲੋਂ ਸਾਡੇ ਨੰਬਰ ਦੇ ਦਿਓ ਉਹਦਾ ਕੰਟੈਕਟ ਦੇ ਦਿਓ ਅਸੀਂ ਸ਼ਰਿਆਮ ਉਹਦਾ ਗਾਣਾ ਕਢਾਉਂਗੇ ਜਿੰਨੇ ਜਿੰਨੇ ਮੁੰਡੇ ਦੇ ਗਾਣੇ 'ਤੇ ਪੈਸੇ ਲੱਗੂਗੇ ਅਸੀਂ ਖੁਦ ਲਾਉਂਗੇ ਪੰਚਾਇਤ ਰੋਕ ਲਵੇ ਅਤੇ ਜਿੰਨੇ ਵੀ ਕੌਮ ਦੇ ਠੇਕੇਦਾਰ ਬਣੀ ਫਿਰ ਫਿਰਦੇ ਨਾ ਜਿਹੜੇ ਜਿੰਨੇ ਵੀ ਕੌਮ ਦੇ ਠੇਕੇਦਾਰ ਬਣੀ ਫਿਰਦੇ ਉਹਨਾਂ ਨੂੰ ਮੈਂ ਸਵਾਲ ਕਰਦਾ ਹੁਣ ਜਾਓ ਇਹ ਵੀ ਇੱਕ ਤਰ੍ਹਾਂ ਦੀ ਬੇਅਦਬੀ ਹੈ ਕਿਸੇ ਸਿੰਘ ਦੀਆਂ ਕਿਰਪਾਨ ਦਸਤਾਰ ਲਵਾ ਦੇਣੀ ਉੱਦਾਂ ਤਾਂ ਵੀ ਕੌਮ ਦੇ ਸਾਡੇ ਠੇਕੇਦਾਰ ਬਣੀ ਫਿਰਦੇ ਆਹ ਕਰਤਾ ਜੀ ਆਹ ਕਰਤਾ ਉਹ ਕਰਤਾ ਉਹ ਕਰਤਾ ਹੁਣ ਕਿੱਥਾਂ ਗਏ ਸਾਰੇ ਜਣੇ ਇੱਕ 14-15 ਸਾਲ ਦੇ ਬੱਚੇ ਦੀ ਕਿਰਪਾਨ ਤੱਕ ਲਾ ਤੀ ਪੰਚਾਇਤ ਨੂੰ ਸ਼ਰਮ ਆਉਣੀ ਚਾਹੀਦੀ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਸਾਲੇ ਉਹਨਾਂ ਨੂੰ ਤੁਸੀਂ ਕਹਿੰਦੇ ਜਿਹਨੀ ਨੰਗੀਆਂ ਕੁੜੀਆਂ ਟੀਵੀ ਚੈਨਲਾਂ 'ਚ ਤੁਹਾਡੇ ਘਰਾਂ ਵਿੱਚ ਨਚਾਤੀਆਂ ਉਹ ਬੱਚਾ ਗਾਣੇ ਗਾਉਂਦਾ ਠੀਕ ਹੈ ਰੱਬ ਨਾਲ ਉਹਨੂੰ ਦਾਤ ਬਖਸ਼ੀ ਉਹ ਆਪਣੇ ਲੋਕਾਂ ਦਾ ਇੰਟਰਟੇਨਮੈਂਟ ਕਰਦਾ ਕੋਈ ਗਲਤ ਨਹੀਂ ਕਰ ਰਿਹਾ
ਨੰਗੀਆਂ ਕੁੜੀਆਂ ਨਹੀਂ ਨਚਾਉਂਦਾ। ਜੇ ਕੋਈ ਗਲਤੀ ਕੀਤੀ ਬੱਚੇ ਨਾਲ, ਉਹ ਬੱਚੇ ਨੂੰ ਬੱਚਿਆਂ ਵਾਂਗੂ ਸਮਝਾਉਂਦੇ ਘਰੀ ਬੱਚੇ ਆ ਪੰਚਾਇਤ ਦੇ, ਜਿਹੜੀ ਉਹ ਸਾਲੀ ਚਵਲ ਪੰਚਾਇਤ ਆ ਇਕੱਠੀ ਹੋਈ ਫਿਰਦੇ ਤੇ ਉੱਥਾ, ਹਾਂਜੀ ਅਸੀਂ ਇਹ ਆ ਉਹ ਸਾਲੇ, ਉਹ ਬੱਚੇ ਦੇ ਜ਼ਰੀਏ ਆਪ ਖੁਦ ਮਸ਼ਹੂਰ ਹੋਣਾ ਚਾਹੁੰਦੇ ਤੇ ਵੀਡੀਓ ਪਾ ਗਾ, ਉੱਦਾਂ ਬੱਚੇ ਨਾਲ ਵੀਡੀਓ ਪਾ ਲੈਂਦੇ। ਭਾਅ ਜੀ ਇੰਨਾ ਕੁ ਸਵੇਰ ਦਾ ਦਿਮਾਗ ਖਰਾਬ ਹੋਇਆ ਵਾ, ਮੈਂ ਲਾਈਵ ਹੋਣਾ ਵੀ ਛੱਡ ਦਿੱਤਾ ਤਾ, ਸਾਰਾ ਕੁਛ ਛੱਡ ਦਿੱਤਾ ਤਾ, ਸਾਰਾ ਕੁਛ ਛੱਡ ਦਿੱਤਾ ਤਾ ਪੇਜਾਂ, ਮੈਂ ਕਿਹਾ ਠੇਕਾ ਲਿਆ ਵਾ ਅਸੀਂ ਕੱਲ੍ਹ ਲੜਨਾ ਕਿਸੇ ਨਾ, ਪਰ ਦਿਲ ਬੜਾ ਦੁਖਿਆ ਯਾਰ ਉਸ ਬੱਚੇ ਨਾਲ ਧੱਕਾ ਹੁੰਦਾ ਦੇਖ ਕੇ, ਆਪਣੇ 'ਤੇ ਤਾਂ ਰਿਹਾ ਨਹੀਂ ਗਿਆ। ਅਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਕਿੰਨੀਆਂ ਬੇਅਦਮੀਆਂ ਹੁੰਦੀਆਂ, ਅਤੇ ਦੇਖੋ ਤੁਸੀਂ ਗੁਰਦੁਆਰਿਆਂ ਦੇ ਵਿੱਚ ਆਪਣਾ ਹਰਿਮੰਦਰ ਸਾਹਿਬ ਦੇ ਵਿੱਚ ਉਹ ਕੁੜੀ ਨੇ ਵੀਡੀਓ ਬਣਾਈ, ਅਸ਼ਲੀਲ ਗਾਣੇ ਆਪਾਂ ਬਣਾਈ, ਉਹਨੂੰ ਕਿਸੇ ਨਾ ਨਹੀਂ ਕਿਹਾ, ਠੀਕ ਹੈ। ਉਹ ਇੱਕ ਬੱਚੇ ਦੀ ਛੋਟੀ ਜਿਹੀ ਦਾਲ ਵਾਲੀ ਵੀਡੀਓ ਵਾਇਰਲ ਹੋ ਗਈ ਅਤੇ ਉਹਨੂੰ ਤੁਸੀਂ ਉਹਦੇ ਸਾਰਾ ਕੁਛ ਲਵਾ ਤਾ, ਸਿੱਖੀ ਸਰੂਪ ਇਹ ਖਤਮ ਕਰ ਦਿੱਤਾ। ਉਹ ਛੋਟਾ ਜਿਹਾ ਬੱਚਾ, ਉਹਦੇ ਦਿਲ 'ਚ ਕਿਆ ਬੀਤੂੰਗੀ। ਮੈਂ ਬੇਨਤੀ ਕਰਦਾ ਵੀਰ ਇਸ ਵੀਡੀਓ ਨੂੰ ਸ਼ੇਅਰ ਕਰੋ, ਉਸ ਬੱਚੇ ਦਾ ਨੰਬਰ ਹੈ ਜੇ ਕਿਸੇ ਕੋਲ ਸਾਨੂੰ ਦਿਓ, ਅਸੀਂ ਉਹਦਾ ਗਾਣਾ ਕਢਵਾਉਂਗੇ ਆਪਣੇ ਕੋਲ ਅਤੇ ਪੈਸੇ ਖਰਚ ਕੇ ਉਸ ਬੱਚੇ ਦਾ, ਠੀਕ ਹੈ। ਜਿਹੜੀ ਪੰਚਾਇਤ ਨਾਲ ਰੋਕਣਾ ਹੋਇਆ ਰੋਕ ਲਵੇ, ਉਹ ਪੰਚਾਇਤ ਦੇ ਮੈਂਬਰਾਂ ਤੱਕ ਵੀ ਪਹੁੰਚਾ ਦੇ, ਉਹਨਾਂ ਨੂੰ ਟੈਗ ਵੀ ਕਰ ਦਿਓ ਜਿਹੜੇ ਵੀ ਆ ਉੱਚਾ ਵਾਲ ਜੇ, ਠੀਕ ਹੈ ਨਾ। ਬੜਾ ਭਾਅ ਜੀ ਬਹੁਤ ਗੁੱਸਾ ਲੱਗਿਆ ਇਸ ਕਾਕਾ ਇਹ, ਅਤੇ ਸੋਰੀ ਜੇ ਕਿਸੇ ਨੂੰ ਮੈਂ ਗਲਤ ਕਹਿ ਗਿਆ, ਪਰ ਉਸ ਪੰਚਾਇਤ ਵਾਲਿਆਂ 'ਤੇ ਕੋਈ ਸੋਰੀ ਨਹੀਂ ਹੈ, ਉਹ ਸਾਲਿਆਂ ਦਾ ਤਾਂ ਮੈਂ ਕਹਿੰਦਾ ਮੈਂ ਗਾਲੇ ਕੱਢੂੰਗਾ ਉਹਨਾਂ ਨੂੰ ਯਾਰ। ਇੱਕ ਤਰ੍ਹਾਂ ਦੀ ਇਹ ਵੀ ਬੇਅਦਬੀ ਆ, ਅੱਜ ਕੌਮ ਦੇ ਜਿਹੜੇ ਬੈਠੇ ਨਾ ਬੜੇ ਠੇਕੇਦਾਰ ਬਣੇ ਫਿਰਦੇ, ਉਹਨਾਂ ਨੂੰ ਬੇਨਤੀ ਹੈ ਮੇਰੀ ਜਾਓ, ਨਹੀਂ ਸਾਲਿਓ ਤੁਸੀਂ ਸਰ ਕੌਮ ਦੇ ਨਾਂ ਪਰ ਪੈਸੇ ਖਾਣੇ ਵਾਲੇ ਹੀ ਹੈ। ਜੇ ਤੁਸੀਂ ਕੌਮ ਦੇ ਹੈਗੇ ਆ ਨਾ ਕੁਛ ਕਰਨ ਜੋਗੇ, ਤਾਂ ਜਾਓ ਉਸ ਬੱਚੇ ਨਾਲ ਖੜ੍ਹੇ ਹੋ, ਉਹ ਚਾਹੇ ਜਿੱਦਾਂ ਮਰਜ਼ੀ। ਉਹ ਲਾਲੀ ਲਾਲੀ ਨੂੰ ਲੋਕ ਮਾੜਾ ਕਹਿੰਦੇ, ਉਹ ਗਿਆ ਉਸ ਬੱਚੇ ਕੋਲ ਪੁੱਜਿਆ, ਮੈਂ ਉਹਦੀ ਸ਼ਲਾਘਾ ਕਰਦਾ ਇਸ ਗੱਲ ਵਿੱਚ, ਉਹ ਗਿਆ ਉਸ ਬੱਚੇ ਕੋਲ ਸਵੇਰਾ, ਮੈਂ ਉਸੇ ਟਾਈਮ ਮੈਨੂੰ ਪਤਾ ਲੱਗੇ ਕਿ ਬੱਚੇ ਨਾਲ ਧੱਕਾ ਹੋਇਆ। ਮੈਂ ਮੁੜ ਕੇ ਵੀਡੀਓ ਵੀ ਦੇਖੀ ਕਿ ਉਹ ਬੱਚੇ ਦਾ ਬੱਚੇ ਦੇ ਕਗਾਰ ਲਵਾਏ ਗਏ, ਕਿੰਨੀ ਗਲਤ ਗੱਲ ਹੈ, ਬੇਅਦਬੀ ਹੈ ਇਹ ਵੀ ਇੱਕ ਤਰ੍ਹਾਂ ਦੀ। ਲਾਲੀ ਗਿਆ ਚਾਹੇ ਜਿੱਦਾਂ ਮਰਜ਼ੀ, ਲੋਕ ਉਹਨੂੰ ਗਾਲਾਂ ਵੀ ਕੱਢਦੇ ਕੁਛ ਵੀ ਕਰਦੇ, ਮੈਂ ਕੋਈ ਉਹ ਨਹੀਂ ਕਰਦਾ, ਪਰ ਉਹ ਗਿਆ, ਮੈਂ ਠੀਕ ਹੈ ਉਹਦੀ ਰਿਸਪੈਕਟ ਕਰਦਾ ਕਿ ਉਹ ਬੱਚੇ ਨੇ ਜਾ ਖੜਿਆ। ਬਾਕੀ ਕੋਈ ਨਹੀਂ ਜਾਂਦਾ ਕੌਮ ਦਾ ਜਿਹੜਾ ਠੇਕੇਦਾਰ ਬਣੀ ਫਿਰਦੇ, ਬਾਕੀ ਤਾਂ ਕੌਮ ਦੇ ਬੜੇ ਵੀ ਉਹ ਚੱਕੀ ਫਿਰਦੇ ਛੱਜ, ਉਹ ਮੁੰਡੇ ਦੀ ਹੈਲਪ ਕਰਨ ਸਾਰੇ ਜਣੇ। ਅਤੇ ਹੋਰ ਵੀ ਮੇਰੇ ਵੀਰ ਨਾ ਕਿਸੇ ਨਾ ਵੀ ਬੱਚੇ ਦੀ ਹੈਲਪ ਕਰਨੀ ਹੈ ਨਾ, ਵੀਡੀਓ ਬਣਾ ਕੇ ਸਾਨੂੰ ਪੰਜਾਬੀ ਪੈਰਸ ਪੇਜ 'ਤੇ ਭੇਜੋ। ਮੇਰਾ ਨੰਬਰ ਨੋਟ ਕਰ ਲਓ, 6020228006 ਵਟਸਐਪ ਨੰਬਰ ਹੈ ਜੀ, ਇਹਦਾ ਵੀਡੀਓ ਭੇਜੋ। ਆਪਾਂ ਬੱਚੇ ਦੇ ਨਾਲ ਖੜ੍ਹੇ ਜਿੰਨੇ ਵੀ ਮੇਰੇ ਵੀਰ ਹੈ, ਇਹ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ, ਉਹਨਾਂ ਤੱਕ ਪਹੁੰਚਾ ਦਿਓ ਪੰਚਾਇਤ ਤੱਕ। ਅਤੇ ਕਿਸੇ ਕੋਈ ਬੱਚੇ ਦਾ ਉਹਦਾ ਨੰਬਰ ਵੀ ਹੋਇਆ ਜਾਂ ਕੋਈ ਕੰਟੈਕਟ ਨੰਬਰ ਹੋਇਆ ਤਾਂ ਸਾਨੂੰ ਜ਼ਰੂਰ ਦਿਓ, ਠੀਕ ਹੈ ਜੀ। ਅਤੇ ਜ਼ਰੂਰ ਨੰਬਰ ਦਿਓ ਸਾਨੂੰ, ਉਹ ਬੱਚੇ ਦਾ ਗਾਣਾ ਅਸੀਂ ਖੁਦ ਕਢਵਾਉਂਗੇ ਆਪਣੇ ਵੱਲੋਂ ਪੰਜਾਬੀ ਪੈਰਸ ਪੇਜ ਵੱਲੋਂ, ਠੀਕ ਹੈ ਜੀ। ਸਾਰੇ ਜਣੇ ਸਪੋਰਟ ਕਰੋ ਉਹ ਬੱਚੇ ਦੀ, ਕਿਉਂਕਿ ਉਹ ਗਰੀਬ ਹੈ, ਉਹਨੂੰ ਗਰੀਬ ਸਮਝ ਕੇ ਤਾਂ ਦਵਾਇਆ ਜਾ ਰਿਹਾ। ਜੇ ਉਹੀ ਚਾਰ ਪੈਸਿਆਂ ਵਾਲੇ ਤਾਂ ਬੰਦਾ ਹੁੰਦਾ ਨਾ, ਬੱਚਾ ਹੁੰਦਾ, ਕਿਸੇ ਨਾਲ ਨਹੀਂ ਸਾਲਣਾ ਖੰਘਣਾ ਤਾਂ ਨਹੀਂ ਪੰਚਾਇਤਾਂ ਵਾਲਿਆਂ ਨਾਲ, ਦਾਰੂਆਂ ਪਲਾ ਪਲਾ ਕੇ ਤਾਂ ਸਰਪੰਚ ਬਣੀ ਫਿਰਦੇ, ਠੀਕ ਹੈ। ਸਾਹਿਬਜ਼ਾਦਿਆਂ ਦੇ ਉਹਦੇ ਵਿੱਚ ਗੁਰਬੋਗ ਆ ਚੱਲਦਿਆਂ 'ਚ ਦਾਰੂਆਂ ਪਲਾ ਪਲਾ ਕੇ ਸਰਪੰਚ ਬਣੀ ਫਿਰਦੇ, ਜਿਹੜੀ ਪੰਚਾਇਤ ਸਾਲੀ ਜ਼ਿਆਦਾ ਬਣੀ ਫਿਰਦੀ ਹੈ, ਉਹ ਗਰੀਬ ਤਾਂ ਵਿਚਾਰਾ, ਤਾਂ ਉਹਨੂੰ ਦਵਾਇਆ ਗਿਆ, ਠੀਕ ਹੈ ਨਾ। ਜੇ ਕਿਸੇ ਦੇ ਚਾਰ ਪੈਸੇ ਵਾਲਾ ਹੁੰਦਾ ਨਾ, ਪਤਾ ਹੀ ਅੱਗਾ ਛਿੱਤਰ ਵਾਲਾ ਏ, ਛਿੱਤਰ ਬੁੜਕਣਾ ਸਿਰ 'ਚ ਪੈਣੀਆਂ, ਉਂਗਲੀ ਕਰੂੰਗਾ ਤਾਂ ਉਂਗਲੀ ਅਗਲੇ ਨੇ ਐਂ ਤੋੜ ਦੇਣੀ, ਪਤਾ ਏ ਕਿਸੇ ਨਾ ਨਹੀਂ ਖੰਘਣਾ ਤਾਂ ਪੰਚਾਇਤ ਪੰਜੂਤ ਵਾਲੇ ਸਾਲਿਆਂ ਨਾਲ ਮੇਰਿਆਂ ਨੇ ਨਹੀਂ। ਉਹ ਬੱਚਾ ਦੇਖੇ ਵੀ ਗਰੀਬ ਘਰ ਦਾ ਬੱਚਾ ਏ, ਉੱਠ ਰਿਹਾ ਆਪਣੇ ਘਰ ਦਾ ਕੁਛ ਬਣਾ ਲੂੰਗਾ, ਲੋਕਾਂ 'ਚ ਵਰਲਡ ਵਰਲਡ ਤੱਕ ਪੁੱਜ ਜੂੰਗਾ, ਫੇਮਸ ਹੋ ਜੂੰਗਾ, ਉਹ ਸਾਲੀ ਪੰਚਾਇਤ ਨੂੰ ਜਲਣ ਹੋਈ ਕਿ ਬੱਚੇ ਨੂੰ ਦਵਾਓ। ਪਰ ਨਹੀਂ ਯਾਰ, ਕਿਸੇ ਨਾਲ ਧੱਕਾ ਨਹੀਂ ਹੁੰਦਾ ਦੇਖਿਆ ਜਾ ਰਿਹਾ, ਠੀਕ ਹੈ ਨਾ ਜੀ। ਅਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ, ਮੇਰੇ ਵੀਰ ਹੱਥ ਜੋੜ ਕੇ ਮੁੰਡੇ ਤੱਕ ਪਹੁੰਚਾ ਦਿਓ। ਜੇ ਕਿਸੇ ਵੀਰ ਕੋ ਭੈਣ ਕੋ ਉਸ ਬੱਚੇ ਦਾ ਨੰਬਰ ਹੋਇਆ ਤਾਂ ਮੇਰੇ ਵਟਸਐਪ ਨੰਬਰ ਨੰਬਰ ਦੇ ਦਿਓ, 6020228006 ਹੈ, ਉੱਦਾਂ ਨੰਬਰ ਹੈ ਮੇਰਾ ਜੀ।
0033 6502 1806 ਵਟਸਐਪ ਨੰਬਰ ਹੈ ਇਹਦਾ ਵੀ ਤੁਸੀਂ ਜਾਂ ਮਾਜੀ ਮੈਨੂੰ ਮੈਸੇਜ ਕਰ ਸਕਦੇ ਵੀਡੀਓ ਭੇਜੋ ਬਣਾ ਕੇ ਉਸ ਮੁੰਡੇ ਦੀ ਸਪੋਰਟ ਜਿੰਨੀਆਂ ਭੇਜ ਸਕਦੇ ਅਤੇ ਕਿਉਂਕਿ ਪੰਚਾਇਤਾਂ ਨੂੰ ਵੀ ਪਤਾ ਲੱਗਿਆ ਅਤੇ ਅੱਜ ਉਹ ਜਿਹੜੇ ਕੌਮ ਦੇ ਠੇਕੇਦਾਰ ਵੀ ਬਣੀ ਬੈਠੇ ਨਾ ਉਹਨਾਂ ਨੂੰ ਵੀ ਟੈਗ ਕਰੋ ਵੀਡੀਓ ਵੀ ਜਾਓ ਸਾਲਿਓ ਉੱਥਾ ਉੱਦਾਂ ਤੁਸੀਂ ਕੌਮ ਦਾ ਬਥੇਰਾ ਠੇਕਾ ਚੱਕਿਆ ਵਾ ਆਹ ਕੰਮ ਹੋ ਗਿਆ ਉਹ ਕੰਮ ਹੋ ਗਿਆ ਜਾਓ ਉਸ ਮੁੰਡੇ ਕੋਲ ਖੜੋ ਉਹਦੀ ਸਪੋਰਟ 'ਚ ਠੀਕ ਹੈ ਨਾ ਵੀ ਜੀ ਇੱਥਾ ਵੈਰੀ ਗੁੱਡ ਗੁੱਡ ਬਰੋ ਆਤੋ ਲਿਖਿਆ ਕੁਛ ਨਹੀਂ ਬਣਨਾ ਇਹ ਟੈਗ ਕਰੋ ਅਤੇ ਇਹਨੂੰ ਸ਼ੇਅਰ ਕਰੋ ਵੀਡੀਓ ਨੂੰ ਉਹਨਾਂ ਤੱਕ ਪਹੁੰਚਾਓ ਠੀਕ ਹੈ ਨਾ ਵਟਸਐਪ ਦੇ ਗਰੁੱਪਾਂ 'ਚ ਫੇਸਬੁੱਕ ਦੇ ਗਰੁੱਪਾਂ 'ਚ ਸ਼ੇਅਰ ਕਰੋ ਉਹਨਾਂ ਤੱਕ ਪਹੁੰਚਾਓ ਬੱਚੇ ਤੱਕ ਇਹ ਵੀਡੀਓ ਪੁੱਜਣੀ ਚਾਹੀਦੀ ਕਿ ਉਹਦੀ ਸਪੋਰਟ 'ਚ ਖੜੇ ਅਸੀਂ ਅਸੀਂ ਉਹਦਾ ਗਾਣਾ ਕਰਵਾਉਂਗੇ ਪੰਜਾਬੀ ਪੈਰਸ ਪੇਜ ਵਾਲੇ ਠੀਕ ਹੈ ਜੀ ਜਿੰਨੇ ਪੈਸੇ ਲੱਗੂਗੇ ਅਸੀਂ ਲਾਉਂਗੇ ਕਿਉਂਕਿ ਉਹ ਇੱਕ ਗਰੀਬ ਘਰ ਦਾ ਬੱਚਾ ਉਹਨੂੰ ਦਵਾਇਆ ਜਾ ਰਿਹਾ ਇਹ ਨਹੀਂ ਹੋਣ ਦੇਣਾ ਠੀਕ ਹੈ ਨਾ ਜੀ ਅਤੇ ਪਲੀਜ਼ ਮੇਰੇ ਵੀਰ ਸਾਡੇ ਕੋਲ ਨੰਬਰ ਨਹੀਂ ਹੈ ਨਹੀਂ ਮੈਂ ਉਸ ਬੱਚੇ ਨੂੰ ਖੁਦ ਕੋਲ ਲਾਣੀ ਤੀ ਠੀਕ ਹੈ ਨਾ ਮੇਰੇ ਕੋਲ ਨੰਬਰ ਨਹੀਂ ਮੈਂ ਇਸੇ ਕਾਕਾ ਲਾਈਵ ਹੋਇਆ ਕਿ ਮੈਂ ਲਾਈਵ ਲੂਈ ਹੋਣਾ ਛੱਡ ਦਿੱਤਾ ਪਰ ਬੜਾ ਦਿਲ ਦੁਖਿਆ ਇਹ ਵੀਡੀਓ ਦੇਖ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਪਣਾ ਮਹਾਰਾਜ ਦੀ ਉੱਥੇ ਅਰਦਾਸ ਕਰਕੇ ਉਹ ਬੱਚੇ ਦੀ ਕਿਰਪਾਨ ਲਵਾ ਤੀ ਅਤੇ ਦਸਤਾਰ ਵੀ ਉੱਥੇ ਖਲਵਾ ਤੀ ਉਹ ਫਿਰ ਵੀ ਕਿਸੇ ਨਾਲ ਸੂਝਵਾਨ ਨਾਲ ਕਹਿਤਾ ਯਾਰ ਆ ਗੁਰੂ ਗ੍ਰੰਥ ਸਾਹਿਬ ਹੈ ਇਹਦੀ ਦਸਤਾਰ ਬੰਨ ਲੈਂਦੋ ਉਹ ਵਿਚਾਰੇ ਦੇ ਦਿਲ 'ਚ ਕਿਆ ਬੀਤੀ ਹੋਣੀ ਉਹ ਕਿੱਦਾਂ ਐਕਸੈਪਟ ਕਰੂੰਗਾ ਵੀ ਮੈਂ ਜਿਸ ਕੌਮ ਨੂੰ ਕੌਮ ਦਾ ਹੀਰਾ ਬਣਨਾ ਫਿਰਦਾ ਤਾ ਉਹ ਕੌਮ ਨੇ ਮੇਰੇ ਦਸਤਾਰ ਲਵਾ ਤੀ ਕਗਾਰ ਲਵਾ ਤੇ ਉੱਦਾਂ ਕੋਈ ਦਸਤਾਰ ਖੋਲਦਾ ਵਾ ਨਾ ਕਿਸੇ ਦੀ ਐਂ ਕਰਕੇ ਤੁਸੀਂ ਵੀਡੀਓ ਦੇਖ ਲੈਣ ਮਾਂ ਭੈਣ ਇੱਕ ਕਰ ਦਿੰਦੇ ਸਾਰੇ ਜਣੇ ਅਤੇ ਮੈਂ ਤਾਂ ਕਹਿੰਦਾ ਜੀ ਨਾਲੋਂ ਫਿਰ ਅਸੀਂ ਆ ਟੋਪੀਆਂ ਵਾਲੇ ਚੰਗੇ ਆ ਜੇ ਇੱਦਾਂ ਪੰਚਾਇਤਾਂ ਹੁਣ ਕਗਾਰ ਲਵਾਉਣ ਲੱਗ ਪਈਆਂ ਉਹਨਾਂ ਨਾਲੋਂ ਤਾਂ ਚੰਗਾ ਏ ਉਹ ਜਿਹੜੇ ਬਾਣਾ ਪਾ ਕੇ ਕਿਰਪਾਨਾਂ ਪਾ ਕੇ ਦਾਰੂਆਂ ਪੀਂਦੇ ਮੀਟ ਖਾਂਦੇ ਉਹਨਾਂ ਨਾਲੋਂ ਤਾਂ ਚੰਗਾ ਏ ਹੈਂ ਆ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੈਠੇ ਗੋਲਕਾਂ ਦੇ ਭੁੱਖੇ ਠੀਕ ਹੈ ਉਹਨਾਂ ਨਾਲੋਂ ਤਾਂ ਵਿਚਾਰਾ ਚੰਗਾ ਏ ਕਿਸੇ ਦਾ ਕੋਈ ਖਾਂਦਾ ਤਾਂ ਨਹੀਂ ਸੇਵਾ ਹੀ ਕਰਦਾ ਉਹ ਵੀਡੀਓ 'ਚ ਵੀ ਦੱਸਿਆ ਬੱਚਾ ਬਹੁਤ ਸੇਵਾ ਕਰਦਾ ਗੁਰੂ ਘਰ ਦੀ ਠੀਕ ਹੈ ਜੀ ਇਸ ਕਰਕੇ ਬਹੁਤ ਜ਼ਿਆਦਾ ਦਿਲ ਦੁਖਿਆ ਮੈਨੂੰ ਲਾਈਵ ਹੋਣਾ ਪਿਆ ਹੱਥ ਜੋੜ ਕੇ ਬੇਨਤੀ ਹੈ ਇਹ ਵੀਡੀਓ ਸ਼ੇਅਰ ਕਰਿਓ ਉਸ ਬੱਚੇ ਤੱਕ ਪਹੁੰਚਾ ਦਿਓ ਮੇਰੇ ਵੀਰ ਉਸ ਬੱਚੇ ਤੱਕ ਅਤੇ ਜਿੰਨੇ ਵੀ ਆ ਕੌਮ ਦੇ ਠੇਕੇਦਾਰ ਹੈ ਨਾ ਉਹਨਾਂ ਸਾਲਿਆਂ ਨੂੰ ਸਾਰਿਆਂ ਟੈਗ ਕਰਿਓ ਮੈਂ ਗਾਲਾਂ ਕੱਢਦਾ ਉਹਨਾਂ ਨੂੰ ਜਿਹੜੇ ਠੇਕੇਦਾਰ ਬਣੀ ਫਿਰਦੇ ਜਿਹੜੇ ਠੇਕੇਦਾਰ ਹੈ ਜੇ ਕਿਸੇ ਦੇ ਮਨ 'ਚ ਉਸ ਬੱਚੇ ਦੇ ਪ੍ਰਤੀ ਪਿਆਰ ਹੈ ਨਾ ਉਸ ਬੱਚੇ ਕੋਲ ਜਾਓ ਉਹਦੇ ਨਾਲ ਖੜੋ ਪਿੰਡ ਵਾਲਿਆਂ ਨਾਲ ਗੱਲ ਕਰੋ ਵੀ ਆਹ ਦੱਸੋ ਤੁਸੀਂ ਬੱਚੇ ਦੇ ਕਗਾਰ ਕਾਹਤੇ ਲਵਾਏ ਗਰੀਬ ਬੱਚਾ ਏ ਗਾਣੇ ਗਾਉਂਦਾ ਠੀਕ ਹੈ ਗਲਤੀਆਂ ਇਨਸਾਨ 'ਤੇ ਹੁੰਦੀਆਂ ਮੇਤੇ ਵੀ ਹੁੰਦੀਆਂ ਥੋਤੇ ਵੀ ਹੁੰਦੀਆਂ ਹਰ ਇੱਕ ਇਨਸਾਨ 'ਤੇ ਗਲਤੀਆਂ ਹੁੰਦੀਆਂ ਗਲਤੀਆਂ ਦਾ ਪੁਤਲਾ ਇਨਸਾਨ ਠੀਕ ਹੈ ਜੀ ਪਰ ਉਸ ਬੱਚੇ ਦੇ ਕਗਾਰ ਕਾਹਤੇ ਲਵਾਏ ਕਿਰਪਾਨ ਯਾਰ ਸੋਰੀ ਯਾਰ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਜੇ ਹੋ ਸਕਿਆ ਬੱਚੇ ਦਾ ਨੰਬਰ ਮੈਨੂੰ ਦੇ ਦਿਓ ਕਮੈਂਟਾਂ 'ਚ ਜਾਂ ਮੇਰੇ ਵਟਸਐਪ ਨੰਬਰ ਪਰ ਠੀਕ ਹੈ ਜੀ ਧੰਨਵਾਦ ਜੀ ਪੰਜਾਬੀ ਪੈਰਸ ਪੇਜ ਵੱਲੋਂ ਅਤੇ ਉਸ ਬੱਚੇ ਦਾ ਗਾਣਾ ਅਸੀਂ ਪੰਜਾਬੀ ਪੈਰਸ ਪੇਜ ਵੱਲੋਂ ਆਪ ਖੁਦ ਕਰਾਉਂਗੇ ਖੁਦ 'ਤੇ ਪੈਸੇ ਲਾ ਕੇ ਜੇ ਪੰਚਾਇਤ 'ਚ ਸਾਲੀ ਜਿੱਦਾਂ ਹੋਇਆ ਨਾ ਰੋਕ ਲਵੇ ਠੀਕ ਹੈ ਅਤੇ ਜਿੰਨੇ ਕੌਮ ਦੇ ਠੇਕੇਦਾਰ ਹੈ ਜਾ ਕੇ ਉਹਦੇ ਬੱਚੇ ਦੀ ਮਦਦ ਕਰੋ ਇਹ ਵੀ ਇੱਕ ਤਰ੍ਹਾਂ ਦੀ ਬੇਅਦਬੀ ਹੈ ਗਰੀਬ ਬੱਚੇ ਨਾਲ ਧੱਕਾ ਹੁੰਦਾ ਸਾਲੇ ਜਿੰਨੇ MLA ਜਿੰਨੇ ਉਹ ਹੈ ਨੇਤਾ ਬਣੇ ਵੇ ਇਹ ਤਾਂ ਧੱਕਾ ਕਰਦੇ ਇਹਨਾਂ ਤਾਂ ਕਿਸੇ ਦਾ ਨਿਆਣਾ ਹੁੰਦਾ ਨਾ ਮੈਂ ਕਹਿੰਦਾ ਪੰਚਾਇਤ ਕਾ ਸਾਲਾ ਕੋਈ ਪੁਲਿਸ ਵਾਲਾ ਹੀ ਬੋਲ ਜਾਂਦਾ ਉਹ ਗਰੀਬ ਘਰ ਦਾ ਤਾਂ ਵਿਚਾਰੇ ਤੁਸੀਂ ਘਰ ਦੀ ਵੀਡੀਓ ਵੀ ਦੇਖੀ ਹੋਣੀ ਮੈਂ ਪਾਈ ਹੈ ਪੇਜ 'ਚ ਕਿੱਦਾਂ ਦਾ ਵਿਚਾਰੇ ਦਾ ਘਰ ਹੈ ਉਹਦੀ ਜ਼ਰੂਰ ਮਦਦ ਕਰੋ ਸਾਰੇ ਜਣੇ ਮੇਰੇ ਵੀਰ